ये शान तेरी के हर शान में कमाल है तू, ये शान है तेरी के हर शान में कमाल। कमली वाले तेरे करम बाजों बुहर है मुकदा का दे खुलता नहीं, तेरी गली में खराब चुमाजा जेड़ा मजा ओ फिरदौस दे भुलता नहीं, कायनात दे तख्ता चो तख्त कोई तेरी पाक चट बुला बुला तनु परशाद बुला बुला
ਬਣਾਇਆ ਨਾ ਹੁੰਦਾ ਜੇ ਬਥਰਾ ਨੂੰ ਕਲਮਾ ਬਣਾਇਆ
ਅਲੀ ਦੇ ਬੱਚੇ ਆ ਗਏ ਅਲੀ ਦੇ ਬੱਚੇ ਆ ਗਏ
ਇਸ਼ਕ ਮੀਰਾਂ ਦੀ ਲਹਿਰ ਵਹਿੰਦੀ ਕਈ ਤਰ ਗਈਆਂ
ਸੋਹਣੀਆਂ ਦੇ ਮਤੇ ਬਾਗ ਹੈ ਨਾ ਪਰ ਲਾਲ ਦੇ ਅੰਦਰੋਂ ਕਾਲੜੀਆਂ ਇੱਕ ਕੋਝੀਆਂ ਲੰਘ ਪਾਰ ਸਦਾਈਆਂ ਡੁੱਬ ਮੋਈਆਂ ਸ਼ਕਲਾਂ ਵਾਲੜੀਆਂ ਗੁਲਾਮ ਫਰੀਦਾ ਮੀਰਾ ਕਰਮ ਕਰੇ ਤਾਂ ਬਵਾਲੀਆਂ ਦੇ ਮੱਥੇ ਲਾਲੜੀਆਂ ਜੇ ਪਿਆਰ ਗੁਨਾਏ ਤੇ ਲੋਕੋ ਤੇ ਮੈਂ ਪਿਆਰ ਕੀਤਾ ਮੈਨੂੰ ਮਾਰ ਦਿਓ ਮੇਰੇ ਟੁਕੜੇ ਟੁਕੜੇ ਕਰਕੇ ਤੇ ਅਜਮੀਰਾ ਬਸਰੋਂ ਵਾਰ ਦਿਓ ਸਰਦਾਰ ਖਾਲੀ ਨਹੀਂ ਜਾਣਾ ਅਜਮੀਰਾ ਦੇ ਦਰਬਾਰੋਂ ਕਰ ਕਰਮ ਤੇ ਲੱਗਦਾ ਛੱਡ ਨਹੀਂ ਕਰ ਕਰਮ ਤੇ ਲੱਗਦਾ ਛੱਡ ਨਹੀਂ ਕਰ ਕਰਮ ਤੇ ਲੱਗਦਾ ਛੱਡ ਨਹੀਂ ਕੁਝ ਜਾਣਾ ਮੀਰਾ ਛੱਡ ਨਹੀਂ ਯਾ ਵਾਸ ਪਾਤੀ ਅੱਜ ਕਰਮ ਕਰੋ
Yeah.
Yeah.
Hola.
गल्ब पता चाहे लौलादा
ਕੀ ਜਾਣਦੇ ਇਸ਼ਕ ਦਾ ਸੇਕ ਕਿੰਨਾ ਉਹ ਕੀ ਜਾਣਦੇ ਇਸ਼ਕ ਦਾ ਸੇਕ ਕਿੰਨਾ ਮੱਚ ਇਸ਼ਕ ਦਾ ਬਾਲ ਜਿਨਾ ਸੇਕਿਆ ਨਹੀਂ ਤਾਂ ਸਬਰ ਯਾਰ ਦਾ ਉਹ ਕੀ ਜਾਣਦਾ ਸਬਰ ਯਾਰ ਦਾ ਉਹ ਕੀ ਜਾਣਦਾ ਏ ਨਕਸ਼ਾ ਯਾਰ ਦਾ ਦਿਲ ਉੱਤੇ ਠੇਕਿਆ ਨਹੀਂ ਪਤਾ ਉਸ ਨੂੰ ਯਾਰ ਕੀ ਬੰਦਗੀ ਦਾ ਮੱਥਾ ਜਿਹਨੇ ਕਿਸੇ ਅੱਗੇ ਟੇਕਿਆ ਨਹੀਂ ਤੇਰੀ ਸੱਟ ਦਾ ਮੇਰੇ ਦਿਲ ਤੇ ਅਸਰ ਕੋਈ ਨਹੀਂ ਬੜਾ ਥਾਂ ਹੈ ਮੁਹੰਮਦ ਨੂੰ ਬਾਣ ਜੋਗਾ ਮੈਨੂੰ ਕੀ ਪੁੱਛਦੇ ਹੋ
ਪੁੱਛੋ ਯਾਰ ਨੂੰ ਏਡਾ ਹਸੀਨ ਕਿਉਂ, ਉਹ ਸੋਹਣੀ ਏਡਾ ਲੱਗਦਾ ਕਿਉਂ? ਮੇਰਾ ਦਿਲ ਕਰਦਾ ਕਿ ਮੈਂ ਥੋੜ੍ਹਾ ਜਿਹਾ ਇਸ਼ਕੇ ਬਿਲਾਲ ਸੁਣਾਵਾਂ। ਮੈਂ ਦੁਆ ਕਰਦਾ ਕਿ ਸਾਡਾ ਸਾਰਿਆਂ ਦਾ ਇਸ਼ਕ ਬਿਲਾਲੀ ਹੋ ਜਾਵੇ। ਆਮੀਨ। ਕਮਾਲ ਕਿਆ ਹੈ ਕਿਸੀ ਬਾ ਕਮਾਲ ਸੇ ਪੁੱਛੋ, ਕਮਾਲ ਕਿਆ ਅਰੇ ਕਿਸੀ ਬਾ ਕਮਾਲ ਸੇ ਪੁੱਛੋ, ਔਰ ਜਵਾਬ ਕਾ ਵੀ ਸਲੀਕਾ ਸਵਾਲ ਸੇ ਪੁੱਛੋ। ਆਜ਼ਾਨ ਬਾਅਦ ਮੇਂ ਦੇਨਾ ਜਾਨੇ ਮਨ ਪਹਿਲੇ ਬਿਲਾਲ ਬਨਤਾ ਹੈ ਕੈਸੇ ਬਿਲਾਲ ਸੇ ਪੁੱਛੋ। ਸਰਕਾਰ ਫਰਮਾਤਾ ਨੇ ਬਿਲਾਲ ਅੱਜ ਘਰ ਨਮਾਜ਼ ਪੜ੍ਹ ਲਓ, ਘਰ ਆਜ਼ਾਨ ਕਹਿ ਲਓ, ਇਹਨਾਂ ਮੁਸਲਮਾਨਾਂ ਚੁਣ ਲਿਆ। ਉਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਅੱਲਾਹ ਤੇ ਅੱਲਾਹ ਦੇ ਹਬੀਬ ਦਾ ਚੁਣਿਆ ਉਹ ਬੰਦਿਆਂ ਦਾ ਬਣਾਇਆ ਨਹੀਂ ਗੱਲਦਾ। ਸਰਕਾਰ ਬਿਲਾਲ ਰੋਂਦੇ 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 ਉਸ ਦਰਵਾਜ਼ੇ ਤੇ ਚਲੇ ਗਏ ਜਿੱਥੇ ਕੰਕਰ ਆਵੇ ਤੁਰ ਬਣ ਜਾਂਦਾ, ਆਸੀ ਆਵੇ ਹੋਰ ਬਣ ਜਾਂਦਾ। ਬਿਲਾਲ ਰੋਂਦੇ ਨੇ, ਬਿਲਾਲ ਰੋਂਦੇ ਰੋਂਦੇ ਉਸ ਦਰਵਾਜ਼ੇ ਤੇ ਸਜੀ ਚਲੇ ਗਏ। ਦਿਨ ਨਹੀਂ ਚੜ ਰਿਹਾ, ਦਿਨ ਨਹੀਂ ਚੜ ਰਿਹਾ, ਤੇ ਸਰਕਾਰ ਨੂੰ ਲੋਕ ਜਾ ਕੇ ਕੁਛ ਕਹਿੰਦੇ ਨੇ, ਸਰਕਾਰ ਦਿਨ ਕਿਉਂ ਨਹੀਂ ਚੜ ਰਿਹਾ, ਦਿਨ ਕਿਉਂ ਨਹੀਂ ਚੜ ਰਿਹਾ? ਸਰਕਾਰ ਫਰਮਾਉਂਦੇ ਨੇ, ਅੱਜ ਮੈਨੂੰ ਨਾ ਪੁੱਛੋ, ਅੱਜ ਬਿਲਾਲ ਨੂੰ ਪੁੱਛੋ, ਅੱਜ ਮੈਨੂੰ ਨਾ ਪੁੱਛੋ, ਅੱਜ ਬਿਲਾਲ ਨੂੰ ਪੁੱਛੋ ਨਾ ਕਿ ਸਰਕਾਰ ਰਹਿਮਤੁਲ ਆਲਮੀਨ ਗਰੀਬ ਨਵਾਜ਼ ਕਾਦਰ ਕਰੀਮ ਤੇ ਤੁਸੀਂ ਹੋ, ਬਿਲਾਲ ਤੇ ਨੌਕਰ ਹੈ, ਬਿਲਾਲ ਤੇ ਨੌਕਰ ਹੈ। ਤੇ ਇੱਥੇ ਸਰਕਾਰ ਫਰਮਾਉਂਦੇ ਨੇ, ਭਾਵੇਂ ਉਹ ਨੌਕਰ ਇਹ ਹੀ ਦੱਸਣਾ ਚਾਹੁੰਦੇ ਕਿ ਜਿਹੜੇ ਸਾਡੇ ਹੋ ਜਾਂਦੇ ਨੇ ਏਡੇ ਏਡੇ ਛੋਟੇ ਇਸ ਕੰਮ, ਅਸੀਂ ਉਹਨਾਂ ਦੇ ਸਪੁਰਦ ਕਰਦੇ ਜਿਹੜੇ ਸਾਡੇ ਹੋ ਜਾਂਦੇ। ਇੱਥੇ ਬਿਲਾਲ ਦੇ ਜਵਾਬ ਸਰਕਾਰ ਫਰਮਾਉਂਦੇ ਨੇ, ਅੱਜ ਰਾਤ ਤੇ ਕਬਜ਼ਾ ਹੈ ਹਬਸ਼ੀ ਦਾ, ਦਿਨ ਕਿਉਂ ਨਹੀਂ ਛੱਡ ਰਿਹਾ? ਸਰਕਾਰ ਫਰਮਾਉਂਦੇ ਨੇ, ਅੱਜ ਮੈਂ ਤੁਹਾਨੂੰ ਦੱਸਣਾ ਕਿ ਦਿਨ ਕਿਉਂ ਨਹੀਂ ਛੱਡ ਰਿਹਾ। ਸਰਕਾਰ ਕੀ ਕਰੀਏ? ਸਰਕਾਰ ਫਰਮਾਉਂਦੇ ਨੇ, ਅੱਜ ਰਾਤ ਦੇ ਕਬਜ਼ੇ ਹਬਸ਼ੀ ਦਾ, ਅੱਜ ਰਾਤ ਦੇ ਕਬਜ਼ੇ ਹਬਸ਼ੀ ਦਾ। ਇਹ ਹਬਸ਼ੀ ਤੇ ਨੌਕਰ ਹੈ, ਉਹ ਤੇ ਸਿਰਫ ਮੋਸ ਨੇ ਅਜ਼ਾਨ ਦੇਣ ਵਾਸਤੇ। ਇਹ ਦਿਨ ਦਾ ਜਿਹੜਾ ਚੱਕਰ ਹੈ ਉਤਾਰਨ ਦਾ ਚੜਾਉਣ ਦਾ, ਇਹ ਤੇ ਅੱਲਾ ਦੇ ਹੱਥ 'ਚ ਜਾਂ ਉਸ ਤੋਂ ਬਾਅਦ ਤੁਹਾਡੇ ਹੱਥ 'ਚ। ਬਿਲਾਲ ਦਾ ਵਿੱਚ ਕੀ ਲੈਂਗੇ? ਬਿਲਾਲ ਦਾ ਵਿੱਚ ਕੀ ਲੈਂਗੇ? ਸਰਕਾਰ ਫਰਮਾਉਂਦੇ ਨੇ, ਬਿਲਾਲ ਮੈਨੂੰ ਵੀ ਪਿਆਰਾ ਹੈ ਤੇ ਖਾਲਿਕ ਨੂੰ ਵੀ ਪਿਆਰਾ ਹੈ। ਬਿਲਾਲ ਮੈਨੂੰ ਵੀ ਪਿਆਰਾ ਹੈ ਤੇ ਮੇਰੇ ਖੁਦਾ ਨੂੰ ਵੀ ਪਿਆਰਾ ਹੈ। ਉਹਨਾਂ ਕਹਿ ਸਰਕਾਰ ਬਿਲਾਲ ਨੂੰ ਕੀ ਕਹੀਏ ਜਾ ਕੇ? ਉਹਨਾਂ ਨੂੰ ਕਹੋ ਕਿ ਬਿਲਾਲ ਨੂੰ ਕਹੋ ਅਜ਼ਾਨ ਦਾ ਵੀ ਦਿਨ ਛੱਡ ਜਾਏਗਾ। ਬਿਲਾਲ ਕਿੱਥੇ ਮਿਲੇਗਾ? ਸਰਕਾਰ ਫਰਮਾਉਂਦੇ ਨੇ, ਜਾ ਕੇ ਤੁਸੀਂ ਪਤਾ ਕਰੋ ਕਿੱਥੇ ਮਿਲੇਗਾ ਬਿਲਾਲ। ਦੇਖਿਆ ਕਿ ਦਰਵਾਜ਼ਾ ਹੈ ਰਿਸਾਲਤ ਦੇ, ਦਰਵਾਜ਼ਾ ਹੈ ਜ਼ਹਰਾ ਦੇ, ਦਰਵਾਜ਼ਾ ਹੈ ਅਲੀ ਦੇ। ਸਰ ਨਗਰ ਉਹਨਾਂ ਕਿ ਬਿਲਾਲ ਇਹ ਦਿਨ ਕਿਉਂ ਨਹੀਂ ਛੱਡ ਰਿਹਾ? ਅੱਗੋਂ ਬਿਲਾਲ ਜਵਾਬ ਦੇਗਾ ਫਰਮਾਉਂਦੇ ਨੇ, ਮੈਨੂੰ ਕਸਮ ਅਲੀ ਦੀ ਇਮਾਮਤ ਦੀ, ਮੈਨੂੰ ਕਸਮ ਨਬੀ ਦੀ ਨਬੂਵਤ ਦੀ, ਹਬਸ਼ੀ ਦਾ ਅੱਜ ਐਲਾਨ ਹੈ ਸੂਰਜ ਨਹੀਂ ਚੜਨਾ, ਹਬਸ਼ੀ ਦਾ ਅੱਜ ਐਲਾਨ ਹੈ ਸੂਰਜ ਨਹੀਂ ਚੜਨਾ, ਜਿਨ੍ਹਾਂ ਤੀਕ ਰਸੂਲ ਦਾ ਨਾ ਕਰਦੀ, ਜਿਨ੍ਹਾਂ ਤੀਕ ਰਸੂਲ ਦਾ ਨਾ ਕਰਦੀ, ਤੀਕ ਰਸੂਲ ਦਾ ਨਾ ਕਰਦੀ, ਨਾ ਹੋਵੇ ਅੱਜ ਆਜ਼ਾਨ ਹੈ ਸੂਰਜ ਨਹੀਂ ਚੜਨਾ, ਬਿਲਾਲ ਕੀ ਕਰ ਰਹੇ? ਬਿਲਾਲ
ਸਿਰਫ ਅਸੀਂ ਇਹ ਸਮਝਦਾ ਤੂੰ ਕਾਬੇ ਦਾ ਮੌਸਮ ਤੂੰ ਅਜ਼ਾਨ ਦੇ ਜਨਾਬ ਬਿਲਾਲ ਫਰਮਾਉਂਦੇ ਨੇ ਇਸ ਗੱਲ ਦਾ ਦੱਸਣਾ ਹੈ ਜਿਹੜਾ ਦਿਸਦਾ ਏ ਉਹਨੂੰ ਮੰਨਦਾ ਨਹੀਂ ਤੇ ਜਿਹੜਾ ਨਹੀਂ ਦਿਸਦਾ ਉਹਨੂੰ ਮੰਨਣਾ ਏ ਤੇਰੀ ਏਡੀ ਮਤ ਮਾਰੀ ਗਈ ਸਾਵਲ ਦੀ ਨਗਰੀ ਤੋਂ ਕਾਬਾ ਨਿਸਾਰੇ ਜਾਣੇ ਸ਼ਾਨੇ ਮੁਹੰਮਦ ਦਾ ਛੱਲੇ ਜਾਣੇ ਸ਼ਾਨੇ ਮੁਹੰਮਦ
मोहम्मद दे कदमा दे थल्ले ਕਹਿੰਦੇ ਅੱਲਾ ਬੋਲਦਾ ਵਿੱਚ ਕੁਰਾਨ ਦੇ ਪਤਾ ਲੱਗਿਆ ਕਿ ਜੋ ਅੱਲਾ ਬੋਲਿਓ ਬਣਦਾ ਕੁਰਾਨ ਜੋ ਹਜ਼ੂਰ ਬੋਲਣ ਬਣ ਗਈ ਹਦੀਸ ਜੋ ਅੱਲਾ ਬੋਲਿਓ ਉਹ ਕੁਰਾਨ ਨਹੀਂ ਜੋ ਹਜ਼ੂਰ ਬੋਲਣ ਉਹ ਹਦੀਸ ਤੇ ਜਿਹਦੇ ਵਿੱਚੋਂ ਕੁਰਾਨ ਬੋਲੇ ਕਹਿੰਦੇ ਅੱਲਾ ਬੋਲਦਾ ਵਿੱਚ ਕੁਰਾਨ ਦੇ ਬਸ਼ਰ ਹੀ ਹਾਜ਼ਰ ਬਸ਼ਰ ਹੀ ਨਾਜ਼ਰ ਗੱਲ ਤੇ ਕਿਦੀ ਪੂਜਾ ਵੀ ਇੱਕ ਦੀ ਪੂਜਾ ਵੀ ਇੱਕ ਦੀ ਕੋਈ ਕਹੇ ਕਿ ਬਖਸ਼ਿਸ਼ ਕੇ ਵਸੀਲੇ ਹੈ ਫਕਤ ਦੋ ਇੱਕ ਤੋ ਤੂੰ ਔਰ ਦੂਸਰਾ ਵੀ ਤਾਂ ਦੂਸਰਾ ਵੀ ਤੂੰ ਗੱਲ ਮੋਦੀ ਬਸ਼ਰ ਹੀ ਹਾਜ਼ਰ ਬਸ਼ਰ ਹੀ ਨਾਜ਼ਰ ਬਸ਼ਰ ਸਿਰਾਜ ਮੁਨੀਰ ਬਸ਼ਰ ਮੁਬਸ਼ਰ ਬਸ਼ਰ ਹੀ ਬਰਦਰ ਬਸ਼ਰ ਹੀ ਬੇਨਜ਼ੀਰ ਬਸ਼ਰ ਗੁਲਾਮ ਤੇ ਬਸ਼ਰ ਹੀ ਮੌਲਾ ਬਸ਼ਰ ਬਸ਼ਰ ਦਾ ਪੀਰ ਅਰਸ਼ ਫਰਸ਼ ਵਿੱਚ ਬਸ਼ਰ ਹੀ ਜ਼ਾਹਿਰ ਆ ਬਸ਼ਰ ਦੀ ਸਭ ਜਾਗੀਰ ਫਰਕ ਕਾਬੇ ਤੇ ਬਸ਼ਰ ਦਾ ਸਾਫ਼ ਦਿਸਿਆ ਜਦੋਂ ਕਾਬੇ ਨਾਲ ਬਸ਼ਰ ਦਾ ਜਾਣ ਹੋਇਆ ਪਤਾ ਲੱਗਿਆ ਸ਼ਾਹ ਜੀ ਬਿਨਾ ਬਸ਼ਰ ਦੇ ਕਾਬਾ ਵੀ ਨਹੀਂ ਕਾਮਲ ਬਸ਼ਰ ਦੇ ਕਾਬਾ ਵੀ ਨਹੀਂ ਕਾਮਲ ਸਾਡਾ ਅਜ਼ਲੋਂ ਤਬਸਮ ਈਮਾਨ ਹੋਇਆ ਸਾਡਾ ਅਜ਼ਲੋਂ ਤਬਸਮ ਈਮਾਨ ਹੋਇਆ ਪੂਜਾ ਕਰ ਲੈ ਸਜਣਾ ਸੂਰਤ ਦੀ ਪੂਜਾ ਕਰ ਲੈ ਸਜਣਾ ਸੂਰਤ ਦੀ ਬਿਨਾਂ ਜਾਲ ਸ਼ਿਕਾਰ ਫਸਣਾ ਨਹੀਂ ਫਸਣਾ ਨਹੀਂ ਜਿੰਨਾ ਤੀਕ ਨਾ ਨਜ਼ਰ ਸ਼ਾਹ ਕਬੂਲ ਕੀਤਾ ਇੰਨਾ
ਵਸਣਾ ਨਹੀਂ ਦਾ ਵਸਣਾ ਨਹੀਂ ਆਵੇ ਨਜ਼ਰ ਸੂਰਤ ਉਦੋਂ ਆਸ਼ਕਾਂ ਨੇ ਸਾਡੇ ਮਦੀਨੇ ਚ ਐਸਾ ਹਕੀਮ ਆਇਆ ਜੇ ਆਖੋ ਤੇ ਮੈਂ ਤੁਹਾਨੂੰ ਕੋਈ ਸੁਰਮਾ ਲਿਆ ਕੇ ਦਿਆਂ। ਬੱਚੀ ਦੌੜੀ ਗਈ ਜਿੱਥੇ ਸਰਕਾਰ ਦੇ ਪਾਕ ਨਾਲੈਨ ਮੁਬਾਰਕ ਜੋੜੇ ਮੁਬਾਰਕ ਪਹਿਨੇ ਥੱਲੇ ਥੋੜੀ ਜਿਹੀ ਖਾਕ ਲਈ ਸ਼ਾਜੀ ਖਾਕ ਲਈ ਪੂਰੀ ਬੰਦ ਕੀਤੀ ਤੇ ਘਰ ਚਲੀ ਆਈ। ਘਰ ਆ ਕੇ ਕਹਿੰਦੀ ਬਾਬਾ ਜੀ ਲਓ ਮੈਂ ਤੁਹਾਡੇ ਲਈ ਸੁਰਮਾ ਲੈ ਕੇ ਆਈ ਹਾਂ ਮੁਸਲਮਾਨ ਇਹ ਹੈ ਸ਼ਾਨੇ ਰਿਸਾਲਤ ਇਹ ਹੈ ਸ਼ਾਨੇ ਰਿਸਾਲਤ ਚਾਨਣ ਹੋ ਗਿਆ ਸਰਕਾਰ ਦਾ ਜ਼ਾਹਰੀ ਔਰ ਬਾਤਨੀ ਚਾਨਣ ਹੋ ਗਿਆ ਔਰ ਖੁਸ਼ ਵੀ ਹੋਇਆ ਤੇ ਹੈਰਾਨ ਵੀ ਹੋਇਆ ਕਿ ਉਹ ਅੱਖਾਂ ਨੇ ਜਿਹੜੀਆਂ ਮੇਰੇ ਰੱਬਾਂ ਕੋਲੋਂ ਠੀਕ ਨਹੀਂ ਹੋ ਸਕੀਆਂ ਇਹ ਹਕੀਮ ਕੈਸਾ ਹੈ ਹਕੀਮ ਕੈਸਾ ਹੈ। ਬੇਟੀ ਮੈਨੂੰ ਜ਼ਰਾ ਇਹਦਾ ਤਾਰਫ ਕਰਾ ਕਹਿੰਦੀ ਬਾਬਾ ਉਹ ਮੈਂ ਤੁਹਾਨੂੰ ਦੱਸਾਂ ਇਹ ਹਕੀਮ ਕੈਸਾ ਇਹ ਹਕੀਮ ਐਸਾ ਜਿਹੜਾ ਕੁੰਨ ਦੀਆਂ ਗਲਤ ਠੀਕ ਕਰ ਦਿੰਦਾ। ਬੱਚੀ ਕਹਿੰਦੀ ਬਾਬਾ ਜੇ ਸੱਚ ਪੁੱਛੇ ਨਾ ਇਹ ਦਾਰੂ ਨਾ ਕੋਈ ਇਹ ਦਵਾਈ ਏ ਸੱਚ ਪੁੱਛੇ ਨਾ ਇਹ ਦਾਰੂ ਨਾ ਕੋਈ ਇਹ ਦਵਾਈ ਏ ਤੇਰੀ ਅੱਖੀ ਨਬੀ ਦੇ ਜੋੜਿਆਂ ਦੀ ਖਾਕ ਪਾਈ। ਆਪੋ ਆਪਣਾ ਮਜ਼ਹਬ ਹਰ ਇੱਕ ਇਨਸਾਨ ਨੂੰ ਪਿਆਰੇ ਤਾਰੀਖ ਗਵਾ ਏ ਪੜ੍ਹੇ ਲਿਖੇ ਹਜ਼ਰਤ ਆਪਣੇ ਕੋਲੋਂ ਬਾਤ ਨਹੀਂ ਕਰ ਰਿਹਾ। ਉਸ ਯਹੂਦੀ ਕਹਿਣ ਲੱਗਾ ਕੁੜੀਏ ਕੀ ਕਹਿ ਰਹੀ ਹੈ। ਉਹਨੇ ਆਖਿਆ ਜੇ ਤੇਰੀ ਅੱਖੀ ਨਬੀ ਦੇ ਜੋੜਿਆਂ ਦੀ ਖਾਕ ਪਾਈ। ਉਹਨੇ ਕਹਿਣ ਲੱਗਾ ਕੁੜੀਏ ਉਸ ਮੁਹੰਮਦ ਦੇ ਜੋੜਿਆਂ ਦੀ ਖਾਕ ਤਾਂ ਨਹੀਂ ਪਾਈ ਨੌਸ ਬਿੱਲਾ ਜਿਹੜਾ ਇੱਕ ਮਨਾਉਂਦਾ ਹੈ 360 ਛੋੜਾਂ ਦਾ ਕਿਦਾਂ ਉਸ ਨਬੀ ਦੇ ਨਾਲ ਜੋੜਿਆਂ ਦੀ ਖਾਕ ਤਾਂ ਨਹੀਂ ਪਾਈ। ਅੱਲਾਹ ਇਹਨਾਂ ਜੁਮਲਿਆਂ ਦੀ ਕਰਨ ਦੀ ਮੈਨੂੰ ਮੁਆਫੀ ਦੇ ਤੁਹਾਨੂੰ ਸੁਣਨ ਦੀ ਦੇ ਜਿਹੜਾ ਜਾਦੂਗਰ ਹੈ ਨੌਸ ਬਿੱਲਾ। ਕਹਿੰਦੀ ਖਬਰਦਾਰ ਬਾਬਾ ਉਹੀ ਹੱਕ ਸੱਚ ਦੇ ਨਬੀ ਨੇ ਉਹਨਾਂ ਦਾ ਕਲਮਾ ਪੜ ਉਹਨਾਂ 'ਤੇ ਈਮਾਨ ਲਿਆ ਛੱਡਦੇ ਸਭ ਝੂਠਿਆਂ ਨੂੰ
ਉਹਨੇ ਕਹਿਣ ਲੱਗਾ ਨਾ ਨਾ ਬੇਟੀ ਮੈਨੂੰ ਆਪਣਾ ਮਜ਼ਹਬ ਬੜਾ ਪਿਆਰਾ ਹੈ। ਤਾਰੀਖ ਗਵਾਏ ਕਿ ਉਸ ਯਹੂਦੀ ਦੋ ਛੁਰੀਆਂ ਲਈਆਂ ਅਤੇ ਇਸ ਕਰਕੇ ਜ਼ੋਰ ਜ਼ੋਰ ਨਾਲ ਆਪਣੀਆਂ ਅੱਖਾਂ ਵਿੱਚ ਮਾਰਨੀਆਂ ਸ਼ੁਰੂ ਕੀਤੀਆਂ। ਮਕਸਦ ਕੀ ਜੇ ਉਸ ਮੁਹੰਮਦ ਦੀ ਨਜ਼ਰ ਦਿੱਤੀ ਤਾਂ ਮੈਨੂੰ ਵਾਰਾ ਨਹੀਂ ਖਾਂਦੀ ਅਤੇ ਸਰਕਾਰ ਦਾ ਮੁਜਜ਼ਾ ਕਿਉਂਕਿ ਵਲੀ ਦਾ ਮੁਜਜ਼ਾ ਹੁੰਦਾ ਹੈ ਵਲੀ ਵਲੀ ਦੀ ਕਰਾਮਤ ਅਤੇ ਨਬੀ ਦਾ ਮੁਜਜ਼ਾ ਹੈ ਸਰਕਾਰ ਦਾ ਮੁਜਜ਼ਾ। ਬਾਬਾ ਛੁਰੀਆਂ ਨਾ ਮਾਰ ਕਿਉਂ
کعبے دا کعبہ خود میرا یارے میرے گل بچ پتا سہل سیدان دے باپ دی بات سنا رہے ہیں کہ اگر خلوص سے نیت نال اس ویڑے چاہو تے ملدا کی اینا سیدان دے کول آؤ خلوص سے نیت نال کیونکہ جیسی نیت ویسی ہو رہا ہے علی سچے علی حق کے علی گلی گلی پکار دے رہے ہیں لوگوں نے کیا کہ ہارون رشید وقت کا حق علی علی کرنا ہے انہوں نے نام بارہ نہیں کھاندا پہلا علی علی کرنا چھوڑ دے انہیں کہ جنہوں میرے مرشد دا نام نہیں بارہ کھاندا میں انہوں انسان ہی بارہ نہیں کھاندا انہوں نے دو چار لوگ ہی کٹھے ہو کے کہنے لگے پہلا علی علی نہیں کرنے دینا تھے تو مر جا غیور مالک دا غیور ملنگے کہنے لگا جائے تو کہنے میں مر جا میں علی دا غلامہ یہ تک کم ہی کوئی نہیں بہلول نے منہ تے کپڑا کیتا روح پرواز کر گئی بہلول نے منہ تے کپڑا کیتا روح پرواز کر گئی لوگاں نے نہا تو آ کے غسل دے کے بہلول نو کفن پہنا کے جنازہ بازار وچ رکھے ہے تے لوگ اکٹھے ہو کے بہار رشید نو کہن لگے پاویں پاگل سہی برا تے ہے سی جنازہ تے پڑھ لے جا کے ہر رشید جنازے دے تے کھلو کے کہن لگا ایک گل دا افسوس ہے کہ پاگل سی مر گیا ہے افسوس ہویا ہے لیکن ایک گل دی خوشی بڑی ہوئی ہے کہ ہن میرے شہر وچ کوئی علی علی کرن والا تے کوئی نہیں رہ گیا ہن میرے شہر وچ کوئی علی علی کرن والا کوئی نہیں رہ گیا اجے اے الفاظ ہر رشید دی زبان دے وچ نے بہلال کفن وچ بازو بار کڈ کے کہندے تے تیرا مشن علی علی کرن والا کوئی نہیں رہ گیا مرن دا پروگرام ساڈا وی بدل گیا تیرا مشن ہے کہ علی علی کرنے والا کوئی نہیں رہ گیا تے مرن دا پروگرام ساڈا بھی بدل گیا علی علی ضرور کران گے تے ایتھے ملنگا نے حیدر قرار لو تے بابا نذیر شاہ دے در تے سارے لوگ تمالا پا کے کی کہندے نے فقیر پر دے علی دے در توں
ਮਲੰਗ ਅਦੀ ਤੇ ਤਮਾ ਨਾ ਪਾਉਂਦੇ ਮਲੰਗ